हाय, मेरा नाम है निशांत शर्मा। मैं डिस्ट्रिक्ट होशियारपुर मुकेरियां तो रहने वाला है। मैं कैनेडा ਦੇ ਵਿੱਚ ਆਇਆ ਸੀ ਸੈਪਟੈਂਬਰ ਟੂ ਨਾਟ ਸੈਪਟੈਂਬਰ ਜਨਵਰੀ 2013 ਦੇ ਵਿੱਚ। ਮੈਂ ਇੰਡੀਆ ਤੋਂ ਕੀਤੀ ਹੈਗੀ ਬੀਟੈਕ ਮਕੈਨੀਕਲ ਦੇ ਵਿੱਚ ਰਿਆਤ ਐਂਡ ਬਾਹਰਾ ਰੋਪੜ ਕੈਂਪਸ ਤੋਂ। 2010 ਪਾਸ ਆਊਟ ਹੋਇਆ ਮੈਂ। ਸ਼ੁਰੂ ਦੇ ਵਿੱਚ ਕਾਲਜ ਆਇਆ ਸੀਗਾ ਬ੍ਰੈਂਪਟਨ ਦੇ ਵਿੱਚ ਡਿਜ਼ਾਈਨ ਐਂਡ ਡਰਾਫਟਿੰਗ ਦੇ ਕੋਰਸ ਦੇ ਵਿੱਚ। ਅਤੇ ਉੱਥੇ ਮੈਂ ਫਿਰ ਇੱਕ ਸਮੈਸਟਰ ਲਗਾਇਆ ਸੀਗਾ ਆਪਣਾ ਪੂਰਾ, ਕਿਤੇ ਇੱਕ ਸਮੈਸਟਰ ਡਿਜ਼ਾਇਨ ਡਰਾਫਟਿੰਗ ਦੇ ਵਿੱਚ। ਬਟ ਆਫਟਰ ਦੈਟ ਮੈਨੂੰ ਥੋੜ੍ਹਾ ਜਿਹਾ ਫੀਲ ਹੋਇਆ ਕਿ ਨਹੀਂ, ਇਹ ਆਸਾਨ ਨਹੀਂ ਹੈਗਾ। ਇੱਥੇ ਥੋੜ੍ਹਾ PR ਦਾ ਨਹੀਂ ਪਤਾ ਲੱਗ ਰਿਹਾ ਕਿ ਦੇਖ ਕੇ ਕੀ ਕਰਨਾ ਹੈਗਾ। ਇੰਨੀ ਹੈਲਪ ਨਹੀਂ ਹੋ ਪਾ ਰਹੀ, ਚਾਹੇ ਉੱਥੇ ਕਮਿਊਨਿਟੀ ਆਪਣੀ ਜ਼ਿਆਦਾ ਹੈਗੀ ਹੈ, ਬਟ ਇੰਨੀ ਕੋਈ ਜ਼ਿਆਦਾ ਉੱਥੇ ਹੈਲਪ ਨਹੀਂ ਹੋ ਪਾਉਂਦੀ। ਹੈਲਪ ਵੀ ਇਨ ਦਾ ਸੈਂਸ ਕੋਈ ਗਾਈਡੈਂਸ, ਪ੍ਰੋਪਰ ਗਾਈਡੈਂਸ ਵੀ ਨਹੀਂ ਦੇ ਪਾਉਂਦਾ ਸਾਨੂੰ ਉੱਥੇ। ਅਤੇ ਇਸ ਕਰਕੇ ਫਿਰ ਮੈਂ ਕਿਊਬਿਕ ਦੇ ਆਪਸ਼ਨਸ ਬਾਰੇ ਸੁਣਿਆ ਕਿ ਵੀ ਇੱਥੇ ਜ਼ਿਆਦਾ ਵਧੀਆ ਹੈਗਾ, ਇੱਥੇ ਥੋੜ੍ਹਾ PR ਦਾ ਵੀ ਈਜ਼ੀ ਹੈਗਾ ਔਰ ਵਧੀਆ ਜਗ੍ਹਾ ਵੀ, ਵਧੀਆ ਰਹਿਣ ਵਾਸਤੇ ਵਧੀਆ, ਸਭ ਕੁਝ ਵਧੀਆ, ਸਸਤਾ ਵੀ ਹੈਗਾ ਸਭ ਤੋਂ ਵੱਡੀ ਗੱਲ। ਅਤੇ ਫਿਰ ਮੇਰੇ ਮਾਇੰਡ 'ਚ ਚੱਲਿਆ, ਮੈਂ ਥੋੜ੍ਹਾ ਜਿਹਾ ਪਤਾ ਪਤਾ ਕਰਨਾ ਸ਼ੁਰੂ ਕੀਤਾ, ਥੋੜ੍ਹਾ ਜਿਹਾ ਪੁੱਛਿਆ ਲੋਕਾਂ ਨੇ, ਡਰਾਇਆ ਵੀ ਬਹੁਤ ਕਿ ਨਹੀਂ ਉੱਥੇ ਨਾ ਜਾਏ, ਉੱਥੇ ਤਾਂ ਸਿਰਫ ਫਰੈਂਚ ਹੀ ਚੱਲਦੀ ਹੈਗੀ ਹੈ, ਉੱਥੇ ਤਾਂ ਬਹੁਤ ਮੁਸ਼ਕਿਲ ਹੋ ਜਾਣਾ ਵੀ ਤੁਸੀਂ ਨਵੇਂ ਨਵੇਂ ਆਏ, ਤੁਹਾਨੂੰ ਇੰਗਲਿਸ਼ ਵੀ ਨਹੀਂ ਆਉਂਦੀ ਅਤੇ ਤੁਹਾਨੂੰ ਫਰੈਂਚ ਕਿੱਦਾਂ ਆਉਣੀ ਆ। ਫਿਰ ਮੇਰਾ ਮਾਇੰਡ ਸੈਟ, ਮੈਂ ਕਿਹਾ ਨਹੀਂ ਆ ਵੀ ਜਦੋਂ ਸੋਚ ਕੇ ਕੈਨੇਡਾ ਦੇ ਵਿੱਚ ਆਇਆ ਸੀ ਉਸ ਲਈ ਸਾਡੇ ਲਈ ਬ੍ਰੈਂਪਟਨ ਵੀ ਨਵੀਂ ਜਗ੍ਹਾ ਸੀ ਅਤੇ ਹੁਣ ਕਿਊਬਿਕ ਵੀ ਨਵੀਂ ਜਗ੍ਹਾ ਹੈਗੀ ਅਤੇ ਦੇਸੀ ਉੱਥੇ ਵੀ ਰਹਿ ਹੀ ਰਹੇ ਨੇ। ਅਤੇ ਕੋਈ ਮੈਂ ਪਹਿਲਾਂ ਤਾਂ ਹੋਣਾ ਨਹੀਂ ਹੈ ਕਿ ਮੈਂ ਉੱਥੇ ਕਿਊਬਿਕ ਦੇ ਵਿੱਚ ਪਹਿਲਾਂ ਪੰਜਾਬੀ ਹੋਊਂਗਾ ਜਾਂ ਪਹਿਲਾਂ ਕੋਈ ਇੰਡੀਅਨ ਹੋਊਂਗਾ ਜਿਹੜਾ ਜਾਊਂਗਾ। ਅਤੇ ਮੇਰੇ ਇੱਕ ਦੋ ਫਰੈਂਡਸ ਸੀਗੇ, ਮੈਂ ਉਹਨਾਂ ਨੂੰ ਪੁੱਛਿਆ, ਉਹ ਮੇਰੇ ਸੇਮ ਕਾਲਜ ਦੇ ਵਿੱਚ ਸੀਗੇ ਜਿਹੜਾ ਮੈਂ ਇੱਥੇ ਆ ਕੇ ਜਿਹੜਾ ਮੈਂ ਲਿੱਤਾ ਹੈਗਾ। ਉਹਨਾਂ ਨੂੰ ਪੁੱਛਿਆ, ਉਹਨਾਂ ਨੇ ਫਿਰ ਦੱਸਿਆ, ਕਹਿੰਦੇ ਨਹੀਂ ਬਹੁਤ ਵਧੀਆ ਹੈਗਾ ਤੂੰ ਆ ਜਾ। ਫਿਰ ਮੇਰੀ ਰੋਹਿਤ ਉਹਨਾਂ ਨਾਲ ਗੱਲ ਹੋਈ, ਰੋਹਿਤ ਉੱਪਰ ਗੁਰਪ੍ਰੀਤ ਭਾਅ ਜੀ ਇਹਨਾਂ ਨਾਲ ਗੱਲ ਹੋਈ ਮੇਰੀ, ਅਤੇ ਇਹਨਾਂ ਨੇ ਫਿਰ ਮੈਨੂੰ ਡਿਟੇਲਸ ਸਾਰੀਆਂ ਸਮਝਾਈਆਂ ਕਿ ਇੱਦਾਂ ਇੱਦਾਂ ਕੋਰਸ ਹੈਗਾ, ਲੈਸਟਰ ਬੀ ਪੀਅਰਸਨ ਕਾਲਜ ਦਾ ਨਾਮ ਹੈਗਾ, ਕੰਪਿਊਟਿੰਗ ਸਪੋਰਟ ਦਾ ਕੋਰਸ ਹੋਊਗਾ, ਸੈਟਰਡੇ ਸੰਡੇ ਤੁਹਾਡੀ ਕਲਾਸਿਸ ਹੋਣਗੀਆਂ, 5 ਦਿਨ ਤੁਸੀਂ ਆਪਣਾ ਕੁਛ ਵੀ ਜੇ ਕਰਨਾ ਚਾਹੋ, ਫਰੀ ਟਾਈਮ ਹੈ, ਤੁਸੀਂ ਕੰਮ ਕਰਨਾ ਚਾਹੋ, ਤੁਸੀਂ ਆਪਣੇ ਆਪ ਨੂੰ ਉੱਤੇ ਉੱਪਰ ਕੋਈ ਟਾਈਮ ਦੇਣਾ ਚਾਹੋ, ਤੁਸੀਂ ਕੁਛ ਵੀ ਆਪਣੀ ਗਰੋਥ ਕਰਨਾ ਚਾਹੋ, ਕੁਛ ਵੀ ਕਰ ਸਕਦੇ ਹੈਗੇ ਹੋ। ਬਾਕੀ ਫਿਰ ਇਹਨਾਂ ਦੀ ਗੱਲਾਂ ਸੁਣ ਕੇ, ਆਪਣੇ ਦੋਸਤਾਂ ਥੋੜ੍ਹੀ ਡਿਸਕਸ ਕਰਕੇ ਫਿਰ ਮੈਂ ਇੱਥੇ ਮੂਵ ਕਰ ਗਿਆ ਸੀ ਆਪਣੇ, ਆਈ ਗੈਸ ਇਨ ਸਪਟੈਂਬਰ 2013 ਬੈਚ ਦੇ ਵਿੱਚ। ਹਾਂਜੀ, ਸਪਟੈਂਬਰ 2013 ਬੈਚ ਦੇ ਵਿੱਚ ਮੈਂ ਫਿਰ ਇੱਥੇ ਆ ਗਿਆ ਸੀਗਾ। ਔਰ ਫਿਰ ਰੈਸਟ ਵਿੱਚ ਐਡਮਿਸ਼ਨ ਲੈਣ ਤੋਂ ਬਾਅਦ ਫਿਰ ਕਾਲਜ ਬਹੁਤ ਆਸਾਨ, ਮਤਲਬ ਆਸਾਨ ਪੜ੍ਹਾਈ ਹੈਗੀ ਹੈ ਕਾਲਜ ਦੇ ਵਿੱਚ, ਇਹ ਕੋਈ ਬੈਕਲੌਗਸ ਦਾ ਚੱਕਰ ਨਹੀਂ ਹੈ, ਤੁਸੀਂ ਰੈਗੂਲਰ ਕਾਲਜ ਅਟੈਂਡ ਕਰਦੇ ਹੋ ਵੀਕਐਂਡਸ ਦੇ ਉੱਪਰ ਜਿਹੜਾ ਕੀ ਹੁੰਦਾ ਹੈਗਾ, ਅਤੇ ਦੈਟਸ ਇਟ, ਤੁਹਾਨੂੰ ਕਦੇ ਉਹ ਹੱਦ ਮਤਲਬ ਬਾਹਰ ਹੋ ਕੇ ਪੜ੍ਹਨਾ ਨਹੀਂ ਪੈਂਦਾ, ਕੋਈ ਬੈਕਲੌਗਸ ਨਹੀਂ ਆਉਂਦੀਆਂ, ਉਹਦੇ ਪੈਸੇ ਨਹੀਂ, ਤਾਂ ਬ੍ਰੈਂਪਟਨ ਦੇ ਜਾਂ ਸ਼ੈਲਟਨ ਕਾਲਜ ਜਾਂ ਓਨਟਾਰੀਓ ਤਕਰੀਬਨ ਸਾਰੇ ਕਾਲਜ ਦੇ ਵਿੱਚ ਹੁੰਦਾ ਹੈਗਾ, ਬੈਕਲੌਗਸ ਆ ਜਾਂਦੀਆਂ, ਬੱਚੇ ਕੰਮ ਕਰਦੇ ਨੇ, ਬੈਕਲੌਗਸ ਆਉਣੀ ਆਉਣੀ ਹੈਗੀ, ਵਿਚਾਰਿਆਂ ਨੂੰ ਟਾਈਮ ਨਹੀਂ ਦੇ ਪਾਉਂਦੇ ਹੈਗੇ, ਅਤੇ ਫਿਰ ਉਹਨਾਂ ਦੇ ਪੈਸੇ ਉਹਨੇ ਫਿਰ ਫੀ ਉਹ 'ਚ ਨਿਕਲ ਜਾਂਦੇ ਨੇ, ਸਪਲੀ ਦੇ ਆ ਗਏ ਜੀ, $300, $400, $500, $2000। ਮੇਰੇ ਹਾਲੇ ਵੀ ਮੁੰਡੇ ਹੈਗੇ ਨੇ, ਦੋ ਦੋ ਸਾਲ ਹੋ ਗਏ ਨੇ ਸਾਨੂੰ, ਅਤੇ ਬਟ ਫਿਰ ਵੀ ਹਾਲੇ ਵੀ ਉਹ ਸਟੱਡੀਜ਼ 'ਤੇ ਨੇ। ਅਤੇ ਮੇਰੀ ਸਪਟੈਂਬਰ 2000 ਦੀ ਸਟੱਡੀ ਸਟਾਰਟ ਹੋਈ, ਅਗਸਤ ਦੇ ਵਿੱਚ ਮੇਰੀ 2015 ਦੇ ਵਿੱਚ ਸਟੱਡੀ ਕੰਪਲੀਟ ਹੋ ਗਈ ਸੀਗੀ। ਐਂਡ ਮੀਨ ਵਾਈਲ ਮੈਂ ਆਪਣਾ CSQ ਜਿਹੜਾ ਕਿ ਕਿਊਬਿਕ ਅਤੇ PNP ਤੁਸੀਂ ਕਹਿ ਲਓ, ਉਹ ਮੈਂ ਫਾਈਲ ਕਰਤਾ ਸੀਗਾ। ਅਤੇ ਉਹ ਰੀਸੈਂਟਲੀ ਮੇਰਾ ਫਿਰ ਆਪਣਾ ਜਨਵਰੀ ਦੇ ਵਿੱਚ, ਸੋਰੀ ਦਸੰਬਰ ਦੇ ਵਿੱਚ ਮੇਰਾ ਉਹ CSQ ਵੀ ਆ ਗਿਆ ਹੈਗਾ। ਅਤੇ ਹੁਣ ਮੈਂ ਆਪਣੀ ਫੈਡਰਲ ਲਈ ਵੀ ਅਪਲਾਈ ਕਰਤਾ ਹੈਗਾ, ਜਿਹਦੇ ਲਈ ਥੋੜ੍ਹਾ ਪ੍ਰੋਸੈਸ ਲੰਬਾ ਹੈਗਾ, ਬਟ ਉਹਦਾ ਵੀ ਆਪਾਂ ਫਾਈਲ ਕਰਤਾ ਹੈਗਾ। ਅਤੇ ਮੇਰਾ ਉਹਦਾ ਨਕਸ਼ਲ ਮੈਂ ਇਹ ਗੱਲ ਕਹਿਣਾ ਚਾਹੂੰਗਾ ਕਿ ਮੇਰੇ ਲਈ ਕਿਊਬਿਕ ਇੱਕ ਬੈਸਟ ਡਿਸੀਜ਼ਨ ਸੀਗਾ ਮੇਰੀ ਲਾਈਫ ਦਾ। ਪਹਿਲੇ ਆਈ ਵਾਜ਼ ਇਨ ਵੈਰੀ ਬਿਗ ਡਾਇਲਮਾ ਕਿ ਮੈਂ ਆਵਾਂ ਕਿ ਨਾ ਆਵਾਂ, ਯੂ ਨੋ, ਇੱਥੇ ਸਾਨੂੰ ਕੋਈ ਹੈਲਪ ਕਰੂਗਾ ਕਿ ਨਹੀਂ ਕਰੂਗਾ, ਬਟ ਕੁਛ ਵੀ ਐਸਾ ਨਹੀਂ ਹੈਗਾ, ਕੋਈ ਇਸੇ ਐਸਾ ਉਹ ਨਹੀਂ ਹੈਗਾ ਕਿ ਇੱਥੇ ਫਰੈਂਚ ਹੀ ਚੱਲਦੀ ਹੈ, ਅਸੀਂ ਰਹਿ ਹੀ ਰਹੇ ਹਾਂ, ਸਾਨੂੰ 2 ਸਾਲ ਹੋ ਗਏ ਅਤੇ 3 ਸਾਲ ਹੀ ਹੋ ਗਏ ਲਗਭਗ, ਅਤੇ ਅਸੀਂ ਰਹਿ ਰਹੇ ਹੈਗੇ ਹਾਂ, ਅਤੇ ਸਾਨੂੰ ਕੋਈ ਦੀ ਕੋਈ ਦਿੱਕਤ ਨਹੀਂ ਹੈ ਕਿ ਅਸੀਂ ਫਰੈਂਚ ਕਰਕੇ ਜਾਂ ਕਿਸੇ ਹੋਰ ਚੀਜ਼ ਕਰਕੇ ਇੱਥੇ ਲੋਕ ਹੈਲਪਫੁੱਲ ਨੇ। ਕਿਊਬਿਕ ਮੋਂਟਰੀਅਲ ਛੋਟਾ ਜਿਹਾ ਸ਼ਹਿਰ ਹੈਗਾ, ਵਧੀਆ ਸ਼ਹਿਰ ਹੈਗਾ, ਟਰਾਂਸਪੋਰਟੇਸ਼ਨ ਸਭ ਤੋਂ ਬੈਸਟ ਹੋਣੀ ਇੱਥੇ ਮੇਰੇ ਖਿਆਲ ਨਾਲ, ਮੈਟਰੋਜ, ਬੱਸਿਸ, ਇਹ ਵੋ, ਤੁਹਾਨੂੰ ਗੱਡੀ ਦੀ ਲੋੜ ਨਹੀਂ ਪੈਂਦੀ, ਜੇ ਗੱਡੀ ਦੀ ਲੋੜ ਪੈਂਦੀ ਵੀ ਹੈ ਤਾਂ ਇੰਸ਼ੋਰੈਂਸ ਵੀ ਇੱਥੇ ਗੱਡੀ ਦੀ ਇੰਨੀ ਘੱਟ ਹੈਗੀ ਕਿ $30-40 ਤਾਂ ਇੰਸ਼ੋਰੈਂਸ ਹੈ ਸਿਰਫ ਗੱਡੀ ਦੀ, ਐਜ਼ ਕੰਪੇਰੀਜ਼ਨ ਟੂ ਅਦਰ ਪ੍ਰੋਵਿੰਸਿਸ ਜਿੱਦਾਂ ਟੋਰੋਂਟੋ ਦੇ ਵਿੱਚ ਮੇਰੇ ਖਿਆਲ ਨਾਲ ਨਵੇਂ ਲਾਇਸੈਂਸ $300-400 ਲੱਗ ਜਾਂਦਾ ਹੈਗਾ। ਅਤੇ ਬਹੁਤ ਹੀ ਵਧੀਆ ਆਪਸ਼ਨ ਹੈਗਾ, ਸਸਤਾ ਹੈਗਾ ਇਹ ਜਗ੍ਹਾ, ਓਪਰਚੁਨਿਟੀਜ਼ ਬਹੁਤ ਜ਼ਿਆਦਾ ਨੇ। ਇੱਕ ਜੇ ਵੈਸੇ ਬੰਦਾ ਸੋਚੇ ਕਿ ਜਿਸ ਜਗ੍ਹਾ 'ਤੇ ਕੰਪੀਟੀਸ਼ਨ ਘੱਟ ਹੁੰਦਾ ਹੈਗਾ, ਜਿਸ ਜਗ੍ਹਾ 'ਤੇ ਉੱਥੇ ਗਰੋਥ ਦੇ ਚਾਂਸਿਸ ਵੱਧ ਹੁੰਦੇ ਨੇ। ਬ੍ਰੈਂਪਟਨ ਦੇ ਵਿੱਚ ਆਪਣੇ ਬਹੁਤ ਬੰਦੇ ਆ ਚੁੱਕੇ ਨੇ, ਇਸ ਲਈ ਉੱਥੇ ਵੀ ਬਹੁਤ ਜ਼ਿਆਦਾ ਮੁਸ਼ਕਿਲਾਂ ਪੈਦਾ ਹੁੰਦੀਆਂ ਨੇ। ਇੱਥੇ ਮੇਰੇ ਖਿਆਲ ਨਾਲ ਇੰਨੇ ਤਾਂ ਸਟੂਡੈਂਟ ਵੀ ਅਸੀਂ ਜਦੋਂ ਆਏ ਸੀ ਉਦੋਂ ਤਾਂ ਕਲੈਸਟਰ ਵੀ ਮੈਨੂੰ ਕੁਝ ਜਾਣਦਾ ਵੀ ਨਹੀਂ ਸੀਗਾ, ਥੋੜ੍ਹੀ ਚਾਂਦੀ ਬੱਚੇ ਸੀਗੇ, ਹੁਣ ਤਾਂ ਚਲੋ ਫਿਰ 400-500 ਹੋ ਗਿਆ, ਬਟ ਫਿਰ ਵੀ ਹਾਲੇ ਗਰੋਥ ਦੇ ਬਹੁਤ ਚਾਂਸਿਸ। ਅਸੀਂ ਮੈਨੂੰ ਹੋ ਗਿਆ 2 ਸਾਲ ਹੋ ਗਏ, ਮੈਂ ਕਿਸੇ ਗੋਰੇ ਕੋਲ ਹੀ ਕੰਮ ਕਰ ਰਿਹਾ ਹਾਂ, ਸੋ ਆਈ ਬੀਨ ਵਰਕਿੰਗ ਦੇਅਰ ਫਰੋਮ ਲਾਸਟ 2 ਈਅਰਸ ਐਂਡ ਇਟ ਇਜ਼ ਗ੍ਰੇਟ। ਕਿਉਂਕਿ ਆਪਾਂ ਕਿਸੇ ਹੋਰ, ਆਪਾਂ ਆਪਣੀ ਕਮਿਊਨਿਟੀ ਤੋਂ ਬਾਹਰ ਨਿਕਲਦੇ ਹਾਂ, ਆਪਣੇ ਸਰਕਲ ਬਣਦਾ ਹੈਗਾ, ਆਪਣਾ ਇੱਕ ਸੋਸ਼ਲ
ਕੀ ਕਹਿੰਦੇ ਆ ਉਹਨੂੰ, ਸੋਸ਼ਲ ਸਰਕਲ ਨੂੰ ਆਪਾਂ ਵੱਧਦਾ ਹੈਗਾ ਅਤੇ ਇੱਕ ਇਨ ਬੈਟਰ ਵੇ ਵੱਧਦਾ ਹੈਗਾ, ਉਹ ਇੱਕ ਖੂਹ ਦਾ ਡੂ ਜਿਹਾ ਬਣ ਕੇ ਨਹੀਂ ਰਹਿ ਜਾਂਦੇ ਹੈਗੇ ਆਪਾਂ ਕਿ ਆਪਣੇ ਉਹੀ ਦੋ ਚਾਰ ਬੰਦੇ ਜਾਣਦੇ ਹਾਂ, ਉਹੀ 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 ਕੰਮ ਸਾਨੂੰ ਮਿਲਣੇ ਨਹੀਂ। ਇਸ ਕਰਕੇ ਮੇਰੇ ਲਈ ਮੈਂ ਇਹ ਕਹੂੰਗਾ ਕਿ ਜਿੱਦਾਂ ਕਿ ਮੈਂ ਡਿਸੀਜਨ ਲਿੱਤਾ ਸੀ, ਤੁਸੀਂ ਵੀ ਲਓ ਜੇ ਕਿਸੇ ਨੇ ਇੱਥੇ ਆਉਣਾ ਹੋਵੇ। ਵੈਲ, ਮੇਰੇ ਹਿਸਾਬ ਨਾਲ ਸਭ ਤੋਂ ਬੈਸਟ ਡਿਸੀਜਨ ਕਿਉਂਕਿ ਕੀ ਹੋਊਗਾ ਇਸ ਵੇਲੇ ਕੈਨੇਡਾ ਦੇ ਵਿੱਚ, ਮੈਨੂੰ ਨਹੀਂ ਪਤਾ ਬਾਕੀ ਪ੍ਰੋਵਿੰਸਿਸ ਨਾਲ, ਬਟ ਐਜ਼ ਕੰਪੇਰੀਜ਼ਨ ਟੂ ਓਨਟਾਰੀਓ ਬਿਕੋਜ਼ ਆਈ ਵਾਸ ਬੀਂਗ ਦੇਅਰ, ਸੋ ਮੈਂ ਕਹਿ ਸਕਦਾ ਹਾਂ ਕਿ ਹਾਂ ਕਿਊਬਿਕ ਮੋਂਟਰੀਅਲ ਬੈਸਟ ਹੈਗਾ। ਆਓ ਇੱਥੇ, ਸਭ ਕੁਛ ਆਸਾਨ ਹੈ, ਫੀਸ ਵੀ ਘੱਟ ਹੈਗੀ ਹੈ, ਖਰਚਾ ਵੀ ਘੱਟ ਹੈਗਾ, ਲੋਕ ਵੀ ਵਧੀਆ ਨੇ, ਤੁਸੀਂ ਸ਼ਹਿਰ ਨੂੰ ਵੀ ਤੁਹਾਨੂੰ ਵਧੀਆ ਲੱਗੂਗਾ, ਇਹ ਮੈਂ 100% ਕਹਿ ਸਕਦਾ ਹੈਗਾ। ਇਟਸ ਨਥਿੰਗ ਰਿਲੇਟਡ ਟੂ ਪੀ ਆਰ, ਉਹ ਬਾਅਦ ਦੀ ਗੱਲਾਂ ਹੈਗੀਆਂ ਨੇ, ਉਹ ਤਾਂ ਹੋ ਹੀ ਜਾਣਾ ਹੈਗਾ, ਠੀਕ ਹੈ, ਪ੍ਰੋਸੈਸ ਦੇ ਵਿੱਚ ਆਪਾਂ ਆਵਾਂਗੇ, ਬਟ ਇਹ ਜਿਹੜਾ ਸ਼ਹਿਰ ਇਹਦੇ ਨਾਲ ਤੁਹਾਨੂੰ ਪਿਆਰ ਹੋ ਜਾਊਗਾ, ਇੱਥੇ ਦੇ ਲੋਕਾਂ ਨਾਲ ਤੁਹਾਨੂੰ ਪਿਆਰ ਹੋ ਜਾਊਗਾ, ਕਿਉਂਕਿ ਹਾਂ ਯਾਰ ਵੀ ਹੁਣ ਇੱਕ ਫੀਲਿੰਗ ਆ ਰਹੀ ਹੈ, ਜੀ ਰਹੇ ਹਾਂ, ਜ਼ਿੰਦਗੀ ਕੱਟ ਨਹੀਂ ਰਹੇ, ਓਨਟਾਰੀਆ ਵਾਂਗੂ ਇੱਥੇ ਜੀ ਰਹੇ ਹਾਂ ਜ਼ਿੰਦਗੀ। ਬਸ ਇਹਦੇ ਨਾਲ ਹੀ ਮੈਂ ਆਪਣਾ ਐਂਡ ਕਰਨਾ ਚਾਹੂੰਗਾ। ਹੋਪ ਤੁਸੀਂ ਮੇਰੀ ਵੀਡੀਓ ਤੋਂ ਤੁਹਾਨੂੰ ਥੋੜ੍ਹਾ ਜਿਹਾ ਕੁਛ, ਤੁਹਾਡੇ ਕੁਛ ਮਨ 'ਚ ਕੋਈ ਚਿੰਤਾ, ਕੁਛ ਸ਼ੱਕ ਜਾਂ ਕੋਈ ਕੁਸ਼ਚਨ, ਉਹਦੇ ਕੁਛ ਤੁਹਾਨੂੰ ਹੱਲ ਮਿਲਿਆ ਹੋਊਗਾ। ਅਤੇ ਬਾਕੀ ਕਿਸੇ ਨੇ ਮੈਨੂੰ ਕਦੇ ਕੰਟੈਕਟ ਕਰਨਾ ਹੋ ਤਾਂ ਫੀਲ ਫਰੀ ਟੂ ਕੰਟੈਕਟ ਮੀ, ਐਂਡ ਮੈਂ ਤੁਹਾਨੂੰ ਜਿੰਨੀ ਕੁ ਮੇਰੀ ਕੋਲ ਨੌਲੇਜ ਹੈਗੀ, ਜੋ ਕਿ ਮੇਰੇ ਐਕਸਪੀਰੀਅੰਸ ਮੈਂ ਸ਼ੇਅਰ ਕਰਨਾ ਚਾਹੂੰਗਾ। ਕਦੇ ਵੀ ਕੋਈ ਗੱਲ ਨਹੀਂ, ਆਪਾਂ ਕਿਸੇ ਦੀ ਹੈਲਪ ਕਰ ਸਕੀਏ ਤਾਂ ਮੇਰੇ ਲਈ ਬਹੁਤ ਵੱਡੀ ਗੱਲ ਹੋਊਗੀ ਉਹ। ਓਕੇ, ਥੈਂਕਸ।